ਹਾਂਜੀ ਕਿੱਦਾਂ ਦੀ ਸਾਰੇ ਆਪਣੇ ਇੰਡੀਆ ਵਾਲੇ ਭਰਾ ਠੀਕ ਹੋ ਸਾਰੇ ਉਮੀਦ ਕਰਦਾ ਕਿ ਸਾਰੇ ਭਰਾ ਠੀਕ ਹੀ ਹੋਣਗੇ ਤੇ ਹੋਰ ਦੱਸੋ ਕਿੱਦਾਂ ਸਾਰੇ ਕੰਮ ਕਰ ਕਦਾਂ ਚੱਲੀ ਜਾਂਦਾ ਇੰਡੀਆ 'ਚ ਸੈਟਾ ਮੇਰਾ ਭਰਾ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਜਿਹੜੀ ਮੈਂ ਤੁਹਾਨੂੰ ਕਿਹਾ ਸੀ ਕਿ ਮੈਂ ਵੀਡੀਓ ਬਣਾਉਣੀ ਆ ਬਾਈ ਵਿੱਚ ਬਹੁਤ ਸਵਾਲ ਕਰਦੇ ਨੇ ਕਿ ਭਾਈ ਆਪਾਂ ਸ਼ੈਨਗਨ ਵੀਜ਼ਾ ਲੈ ਕੇ ਇੱਥੇ ਆ ਗਏ ਕਿਸੇ ਵੀ ਕੰਟਰੀ ਦੇ ਵਿੱਚ ਤਾਂ ਆਪਾਂ ਅੱਗੇ ਕੀ ਕਰਨਾ ਹੈ ਉਸ ਤੋਂ ਮੈਂ ਪਾਰਟ 2 ਬਣਾਇਆ ਸੀ ਹੁਣ ਕਹਿੰਦੇ ਭਾਈ ਜੀ ਐਦਾਂ ਦੱਸੋ ਵੀ ਪੁਰਤਕਾਲ ਆ ਕੇ ਆਪਾਂ ਪੇਪਰ ਕਿੱਦਾਂ ਲਾਉਣੇ ਨੇ ਜਾਂ ਇੱਕ ਸਵਾਲ ਹੋਰ ਸੀ ਬੰਦਿਆਂ ਦਾ ਵੀ ਜਿਹੜੇ ਬੰਦਿਆਂ ਦੇ ਆਪਣੇ ਇੰਡੀਆ ਵਿਆਜ ਚੱਕ ਕੇ ਆਉਣਗੇ ਵਿਚਾਰੇ ਕੋਈ ਗਰੀਬ ਘਰੋਣੇ ਹਣਾ ਮੈਂ ਸਮਝ ਸਕਦਾ ਮਜਬੂਰੀਆਂ ਸਾਰਿਆਂ ਦੀਆਂ ਕੋਈ ਕਿੱਦਾਂ ਨੇ ਕੋਈ ਕਿੱਦਾਂ ਨੇ ਵੀ ਉਹ ਕਿੱਦਾਂ ਵੀਰੇ ਆਪਣਾ ਪਹਿਲਾਂ ਪੇਮੈਂਟ ਜਿਹੜੀ ਇੰਡੀਆ ਤਾਰਨਗੇ ਆਪਣਾ ਵਿਆਜ ਤੇ ਚੱਕੀ ਹੁੰਦੀ ਹੈ ਉਸ ਤੋਂ ਬਾਅਦ ਕਿੱਦਾਂ ਉਹ ਪੇਪਰ ਲਗਾ ਸਕਦੇ ਨੇ ਪੁਰਤਗਾਲ ਦੇ ਵਿੱਚ ਤਾਂ ਇਹ ਜਾਣਕਾਰੀ ਵਾਸਤੇ ਅੱਜ ਮੈਂ ਤੁਹਾਡੇ ਸਾਹਮਣੇ ਆਇਆ ਥੋੜਾ ਗੈਵੀ ਢਾਲੀਵਾਲ ਪੁਰਤਗਾਲ ਤੋਂ ਮਣਾ ਜੀ ਤੇ ਨਾਲ ਚਾ ਵੀਰਾਂ ਥੋੜੀ ਥੋੜੀ ਜੀ ਤੇ ਹੁਣ ਮੈਂ ਦੱਸਦਾ ਤੁਹਾਨੂੰ ਗੱਲਬਾਤ ਕਿ ਮੇਨ ਕੀ ਚੀਜ਼ ਹੈ ਹਾਂਜੀ ਜਿਹੜੇ ਵੀਰ ਸ਼ੈਨਗਨ ਵੀਜ਼ਾ ਲੈ ਕੇ ਯੂਰਪ ਦੀ ਕਿਸੇ ਕੰਟਰੀ ਦੇ ਵਿੱਚ ਆਉਣਗੇ ਠੀਕ ਹੈ ਜੀ ਤਾਂ ਤੁਸੀਂ ਪੁਰਤਗਾਲ ਦੇ ਵਿੱਚ ਕਿੱਦਾਂ ਐਂਟਰ ਹੋਣਾ ਹੈ ਹਾਂਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜਿਹੜਾ ਸ਼ੈਨਗਨ ਵੀਜ਼ਾ ਹੈ ਉਹ 90 ਦਿਨ ਤੁਸੀਂ ਰਹਿ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇੰਡੀਆ ਵਾਪਸੀ ਕਰਨੀ ਹੁੰਦੀ ਆ ਪਰ ਆਪਾਂ ਨਹੀਂ ਕਰਦੇ ਠੀਕ ਹੈ ਜੀ ਉਹ ਸ਼ੈਨਗਨ ਵੀਜ਼ੇ ਦੇ ਵਿੱਚ ਵਿੱਚ ਤੁਸੀਂ ਪੁਰਤਗਾਲ ਆ ਸਕਦੇ ਹੋ ਠੀਕ ਹੈ ਜੀ ਪੁਰਤਗਾਲ ਆ ਕੇ ਤੁਸੀਂ ਇੱਥੇ ਆਉਣਾ ਜਦੋਂ ਇੱਥੇ ਆ ਕੇ ਪਹਿਲਾਂ ਆਪਣਾ ਉਹ ਫਾਈਨਾਂਸ ਬਣਾਉਣਾ ਹੈ ਕਿ ਫਾਈਨਾਂਸ ਬਣਾਉਣਾ ਪੈਣਾ ਹੈ ਮੇਨ ਪੇਪਰ ਇੱਕ ਸੁਗਰੰਸਾ ਸੋਸ਼ਲ ਹੁੰਦਾ ਉਹ ਬਣਾਉਣਾ ਆਪਣਾ ਦੂਜਾ ਪੇਪਰ ਤੇ ਆਹ ਦੋ ਪੇਪਰਾਂ ਤੁਹਾਨੂੰ ਉਸ ਤੋਂ ਵੱਧ ਕੰਮ ਦੀ ਜ਼ਿਆਦਾ ਲੋੜ ਹੈ ਕੰਮ ਤੇ ਲੱਗ ਕੇ ਤਾਂ ਉਹਨੂੰ ਕੰਟਰੈਕਟ ਮਿਲ ਜਾਣਾ ਇੱਥੇ ਦਾ ਜੇ ਤੁਸੀਂ ਕੰਮ ਤੇ ਲੱਗ ਗਏ ਉਸ ਤੋਂ ਬਾਅਦ ਤੁਹਾਡੇ ਆਟੋਮੈਟਿਕ ਪੇਪਰ ਸਟਾਰਟ ਹੋ ਜਾਣਗੇ ਬਣਨੇ ਸ਼ੁਰੂ ਹੋ ਜਾਣਗੇ ਕਿਉਂਕਿ ਜਿਹੜੀ ਕੰਪਨੀ ਤੁਸੀਂ ਕੰਮ ਤੇ ਲੱਗੋਗੇ ਉਹ ਟੈਕਸ ਚਾੜਦਾ ਥੋੜਾ ਸ਼ੁਰੂ ਕਰ ਦੂਗੀ ਤੇ ਇਸ ਤਰ੍ਹਾਂ ਤੁਹਾਡੇ ਪੇਪਰ ਹੌਲੀ-ਹੌਲੀ ਤੁਹਾਨੂੰ ਇੱਥੇ ਭੇਜਤਾ ਜਾਣਾ ਵੀ ਕਿੱਦਾਂ ਆਪਣੇ ਪੇਪਰ ਬਣਨੇ ਸ਼ੁਰੂ ਹੋ ਜਾਣਗੇ ਠੀਕ ਹੈ ਜੀ ਉਹ ਤੁਹਾਨੂੰ ਸਾਰਾ ਉਰੇ ਆ ਕੇ ਪਤਾ ਲੱਗ ਜਾਣਾ ਆਲਰੇਡੀ ਹਾਂ ਹੁਣ ਇੱਕ ਸਵਾਲ ਹੋਰ ਸੀ ਵੀਰ ਦਾ ਕਿ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਬਈ ਜੀ ਅਸੀਂ ਕਰਜ਼ਾ ਚੱਕ ਕੇ ਆਉ ਜਿਹੜੇ ਵੀਰ ਕਰਜ਼ਾ ਚੱਕ ਕੇ ਆਉਣਗੇ ਉਹ ਪੁਰਤਗਾਲ ਵਰਗੇ ਕੰਟਰੀਆਂ ਚ ਨਹੀਂ ਆਉਣ। ਮੈਂ ਸੱਚੀ ਗੱਲ ਦੱਸਦਾ ਦਿਲ ਤੋਂ ਦੱਸਦਾ। ਕਈ ਬੰਦੇ ਪੰਪ ਮਾਰਦਾ ਨੇ ਆਜੋ ਆਇਆ ਆਜੋ ਬਹਾਉ ਜੋ ਨਾ। ਕਰਜ਼ਾ ਚੱਕ ਕੇ ਉਰੇ ਨਹੀਂ ਉਤਰਦਾ। ਉਰੇ ਜਸਟ ਤੁਹਾਡੇ ਲਈ ਪਾਸਪੋਰਟ ਆ ਪਾਸਪੋਰਟ ਰੈੱਡ ਪਾਸਪੋਰਟ ਪੇਪਰ ਨੇ ਟੀ ਆਰ ਸੀ ਆ। ਪੈਸੇ ਨਹੀਂ ਇੰਨੇ ਬਣਦੇ। ਉਰੇ 635 ਜਾਂ 45 ਦਾ ਕੰਟਰੈਕਟ ਆ ਉਰੇ ਸਾਰਾ ਬਸ। ਉਰੇ ਵੱਧ ਤੋਂ ਵੱਧ 900 ਯੂਰੋ ਕੱਢ ਸਕਦੇ ਤੁਸੀਂ ਕੋਈ ਵੀ ਕੰਮ ਤੇ। ਠੀਕ ਹੈ 800000 900000 ਵੱਧ ਤੋਂ ਵੱਧ ਤੇ ਤੁਸੀਂ ਇੰਡੀਆ ਨਹੀਂ ਕੁਝ ਜ਼ਿਆਦਾ ਪਾ ਸਕਦੇ ਖਰਚਾ ਪਾਣੀ ਚ ਚੱਲਦਾ ਮਨ ਥੋੜੇ-ਮੋਟੇ ਪਾ ਸਕਦੇ 20000 ਪਾਤਾ 10000 ਪਾਤਾ ਤੇ ਇੱਥੇ ਨਾ ਆਇਓ ਉਹਨਾਂ ਨੇ ਕੀ ਕਰਨਾ ਹੈ ਉਹ ਜਰਮਨ ਜਾਣ ਜਰਮਨ ਫਰਾਂਸ ਵਗੈਰਾ ਕੰਟਰੀਆਂ 'ਚ ਕੰਮ ਕਰਨਾ 3-4 ਸਾਲ ਲਾ ਕੇ ਉਸ ਤੋਂ ਬਾਅਦ ਵੀ ਤੁਸੀਂ ਪੁਰਤਗਾਲ ਆ ਕੇ ਪੇਪਰ ਬਣਾ ਸਕਦੇ ਹੋ ਕਿਉਂਕਿ ਪੁਰਤਗਾਲ ਦੀ ਇਮੀਗ੍ਰੇਸ਼ਨ 2007 ਦੀ ਖੁੱਲੀ ਆ ਤੇ 2021 ਚੱਲਦਾ ਠੀਕ ਹੈ ਤੇ ਪੁਰਤਗਾਲ ਦੀ ਇਮੀਗ੍ਰੇਸ਼ਨ ਖੁੱਲੀ ਰਹੂਗੀ ਤੁਸੀਂ ਉਸ ਤੋਂ ਬਾਅਦ ਵੀ ਪੇਪਰ ਬਣਾ ਸਕਦੇ ਹੋ ਕੋਈ ਚੱਕਰ ਨਹੀਂ ਪਾਸਪੋਰਟ ਵਾਸਤੇ ਉਹਦੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ ਵੀਜ਼ਾ ਜਿੱਥੇ ਮਰਜ਼ੀ ਦਾ ਹੋਵੇ ਪੁਰਤਗਾਲ ਤੁਹਾਨੂੰ ਸਭ ਨੂੰ ਪੇਪਰ ਦੇਊਗਾ ਠੀਕ ਹੈ ਜੀ ਇਹਦੇ ਵਿੱਚ ਕੋਈ ਇਸ਼ੂ ਨਹੀਂ ਹੈਗਾ ਕਿ ਪੁਰਤਗਾਲ ਪੇਪਰ ਨਹੀਂ ਦੇਊਗਾ ਤੁਸੀਂ ਜਾ ਕੇ ਉਸ ਤੋਂ ਬਾਅਦ ਇਟਲੀ ਵੀ ਪੇਪਰ ਅਪਲਾਈ ਕਰ ਸਕਦੇ ਹੋ ਸਪੇਨ ਵੀ ਪੇਪਰ ਅਪਲਾਈ ਕਰ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਬਸ ਖਾਸ ਤੁਸੀਂ ਪੁਰਤਗਾਲ 'ਕਣੀ ਧਿਆਨ ਦਿਓ 4-5 ਸਾਲ ਲਾ ਕੇ ਕਿਤੇ ਪੈਸਾ ਤਾਰ ਦਿਓ ਆਪਣੇ ਘਰ ਦੇ ਤਾਂ ਤੇ ਪੁਰਤਗਾਲ ਦੇ ਪੇਪਰ ਲਵਾਉਣ ਲਵਾ ਕੇ ਉਹਦੇ ਪੇਪਰ ਬਣਾ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਇਹਦੇ ਵਿੱਚ ਠੀਕ ਹੈ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇੱਕ ਮੈਂ ਇੱਕ ਗੱਲ ਦੱਸਣਾ ਚਾਹਣਾ ਮੇਰੇ ਕੋਲ ਅਗਲੀ ਵੀਡੀਓ 'ਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਡੈਨਮਾਰਕ ਬਾਰੇ ਜਾਂ ਹੋਰ ਕੰਟਰੀਆਂ ਬਾਰੇ ਇੱਕ ਗੱਲ ਦੱਸਣੀ ਆ ਜਣਾ ਮੇਨ ਗੱਲ ਜਿਹੜੇ ਬੰਦੇ ਕਹਿੰਦੇ ਨੇ ਜਿਹੜੇ ਬੰਦੇ ਕਹਿੰਦੇ ਨੇ ਬਈ ਇੱਥੇ ਨਾ ਆਇਓ ਤੁਹਾਡੇ ਵੀ ਰਿਸ਼ਤੇਦਾਰ ਵੀ ਕਹਿੰਦੇ ਹੁਣ ਯੂਰਪ 'ਚ ਨਾ ਆਇਓ ਯਾਰ ਆਏ ਆ ਇੱਥੇ ਜੀ ਬਹੁਤ ਦੁਖੀ ਆ ਉਹ ਆਪ ਕੀ ਕਰਦੇ ਨੇ ਇੱਥੇ ਕੁਝ ਵੀ ਨਹੀਂ ਆਪ ਕੀ ਕਰਦੇ ਨੇ ਆਪਣਾ ਇੰਡੀਆ ਵਾਪਸ ਮੁੜ ਗਏ ਉਹ ਕਿਸੇ ਦੀ ਗੱਲਾਂ ਤੇ ਨਹੀਂ ਆਉਣਾ ਮੈਂ ਤਾਂ ਕਹਿੰਦਾ ਟਰਾਲੀਆਂ ਭਰ-ਭਰ ਕੇ ਆਓ ਜੇ ਜਿੰਦਗੀ ਕੁਛ ਨਹੀਂ ਰੱਖਿਆ ਬਾਈ 10 15000 ਦੇ ਇੰਡੀਆ ਚ ਸਾਨੂੰ ਵੀ ਪਤਾ ਕੁਛ ਨਹੀਂ ਬਣਦਾ ਤੇ ਜਿਹੜੇ ਤੁਹਾਨੂੰ ਰੋਕਦੇ ਨੇ ਆਉਣ ਤੋਂ ਉਹਨੂੰ ਪੁੱਛਿਓ ਕਿ ਤੂੰ ਰੇ ਕਾਹ ਤੋਂ ਬੈਠਾ ਤੂੰ ਇੰਡੀਆ ਕਿਉਂ ਨਹੀਂ ਵਾਪਸ ਮੁੜ ਜਾਂਦਾ ਜੇ ਤੂੰ ਇੰਨਾ ਦੁਖੀ ਆ ਜਿਹੜੇ ਵੀਡੀਓ ਪਾਉਂਦੇ ਨੇ ਐਦਾ ਬਣਾ ਬਣਾ ਕੇ ਬਹੁਤ ਦੁਖੀਆ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ ਕੋਈ ਵੀ ਕੰਟਰੀ ਆ ਯਾਰ ਦਿਹਾੜੀ ਤਾਂ ਕਰਨੀ ਪਊਗੀ ਇੰਡੀਆ ਚ ਘੜਾ ਨਹੀਂ ਕਰਦੇ ਤੁਸੀਂ ਇੰਡੀਆ ਚ ਆਪਾਂ ਖੇਤੀਬਾੜੀ ਕਰਦੇ ਹੋ ਵੀ ਦਿਹਾੜੀ ਉਹ ਇੱਕ ਤਰ੍ਹਾਂ ਦੀ ਸਾਰੇ ਕਿਤੇ ਕਰਦੇ ਆ ਤਾਂ ਇਸ ਕਰਕੇ ਟੈਨਸ਼ਨ ਨਾ ਲਿਓ ਕਾਸੇ ਦੀ ਤੁਹਾਨੂੰ ਅਗਲੀ ਇਨਫੋਰਮੇਸ਼ਨ ਵੀ ਦਵਾਾਂਗੇ ਆਪਾਂ ਜੋ ਵੀ ਹੈਗਾ ਨਾ ਤੇ ਅੱ ਤੇ ਹੋਰ ਕੰਟਰੀਆਂ ਬਾਰੇ ਦੱਸਾਂਗੇ ਉਹ ਸਾਰਾ ਕੁਝ ਦੱਸਾਂਗੇ ਲਵ ਯੂ ਸਾਰਿਆਂ ਨੂੰ ਧੰਨਵਾਦ ਜੀ